ਦੇਸ਼ ਵਿੱਚ ਜਿੱਥੇ ਜਾਤ ਪਾਤ ਦੇ ਨਾਮ ਤੇ ਵਖਰੇਵੇਂ ਲੋਕਾਂ ਦਾ ਪਾੜਾ ਪਾਉਂਦੇ ਨੇ, ਉੱਥੇ ਹੀ ਪੰਜਾਬ ਵਿੱਚ ਵੀ ਜਾਤ ਪਾਤ ਦੇ ਆਧਾਰ ਤੇ ਬਣਾਏ ਗਏ ਵੱਖਰੇ ਸ਼ਮਸ਼ਾਨ ਘਾਟ ਆਪਸੀ ਭਾਈਚਾਰਕ ਸਾਂਝ ਲਈ ਘਾਤਕ ਨੇ। ਪਰ ਜ਼ਿਲ੍ਹਾ ਪਟਿਆਲਾ ਦੇ ਕੁੱਲ 934 ਪਿੰਡਾਂ 'ਚੋਂ 118 ਪਿੰਡਾਂ ਦੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਵਿੱਚ ਮਹਿਜ਼ ਇੱਕ ਸ਼ਮਸ਼ਾਨ ਘਾਟ ਰੱਖਣ ਦਾ ਫੈਸਲਾ ਕੀਤਾ ਹੈ। ਪਿੰਡ ਅਬਲੋਵਾਲ ਦੇ ਲੋਕਾਂ ਨੇ ਵੀ ਅਜਿਹਾ ਉਸਾਰੂ ਫੈਸਲਾ ਲਿਆ ਹੈ। ਕਾਬਲੇ ਗੌਰ ਹੈ ਕਿ ਸਮਾਜ ਭਲਾਈ ਦਾ ਇਹ ਉਪਰਾਲਾ ਪਟਿਆਲਾ ਦੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੀਤਾ, ਜਿਨ੍ਹਾਂ ਅਜਿਹਾ ਫੈਸਲਾ ਲੈਣ ਵਾਲੇ ਪਿੰਡਾਂ ਨੂੰ 2,28,00,000 ਦੀਆਂ ਗ੍ਰਾਂਟਾਂ ਤਕਸੀਮ ਕੀਤੀਆਂ ਸਨ। ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਚਾਹੇ ਸ਼ਮਸ਼ਾਨ ਘਾਟਾਂ ਨੇ, ਚਾਹੇ ਉਹ ਧਰਮਸ਼ਾਲਾ ਨੇ, ਚਾਹੇ ਗੁਰਦੁਆਰੇ ਨੇ, ਜਾਤ ਪਾਤ ਦੇ ਨਾਂ 'ਤੇ ਜੋ ਮਨੁਵਾਦੀ ਇੱਕ ਅਵਸਥਾ ਸੀਗੀ ਮੁੜ ਕੇ ਸਿੱਖ ਧਰਮ ਦੇ ਵਿੱਚ ਆਵੜੀ ਹੈਗੀ ਹੈ, ਉਹ ਪੰਜਾਬ 'ਚ ਭਾਰੂ ਹੋ ਗਈ ਹੈ। ਇਹ ਰਮਦਾਸੀਆ ਧਰਮਸ਼ਾਲਾ, ਇਹ ਬਾਲਮੀਕੀ ਧਰਮਸ਼ਾਲਾ, ਇਹ ਜੱਟਾਂ ਦੀ ਧਰਮਸ਼ਾਲਾ, ਇਹ ਬਾਜੀਗਰਾਂ ਦੀ ਧਰਮਸ਼ਾਲਾ, ਇਹ ਰਾਮਗੜੀਆ ਗੁਰਦੁਆਰਾ, ਇਹ ਜੱਟਾਂ ਦਾ ਗੁਰਦੁਆਰਾ, ਰਮਦਾਸੀਆ ਗੁਰਦੁਆਰਾ। ਸੋ ਇਸ ਤਰ੍ਹਾਂ ਸ਼ਮਸ਼ਾਨ ਘਾਟਾਂ ਸੀਗੀਆਂ। ਮੈਂ ਪਿੰਡਾਂ ਨੂੰ ਬੁਲਾ ਕੇ ਸਾਫ਼ ਕਿਹਾ ਕਿ ਜਿਹੜਾ ਪਿੰਡ ਦਲਿਤਾਂ ਨੂੰ ਜੱਟਾਂ ਬਾਹਮਣਾਂ ਬਾਣੀਆਂ ਦੇ ਨਾਲ ਇਕੱਠਾ ਸੰਸਕਾਰ ਕਰਨ ਦੀ ਆਗਿਆ ਨਹੀਂ ਦਊਗਾ, ਉਸ ਪਿੰਡ ਨੂੰ ਮੈਂ ਕੋਈ ਗਰਾਂਟੀ ਦੇਣੀ, ਚਾਹੇ ਕੋਈ ਵੋਟਾਂ ਪਾਇਓ, ਚਾਹੇ ਕੋਈ ਨਾ ਪਾਇਓ। ਸਾਫ਼ ਸੁਨੇਹਾ ਸੀਗਾ ਕਿ ਮੈਂ ਪੰਜਾਬ ਦੇ ਪਿੰਡਾਂ ਵਿੱਚ 2-2 ਸ਼ਮਸ਼ਾਨ ਘਾਟਾਂ ਨਹੀਂ ਬਣ ਦੇਣੀਆਂ।